कई दिनों तो एक लाड़े लाड़ी की वीडियो सोशल मीडिया से खूब वायरल हो रही है। सुनन विच ये भी आया है कि लाड़े ने दूसरा विआह करवा लिया है। उधर तुहानू दस दईए कि हुण लाड़ी वल्लों भी अपने हित दे विच कुछ गल्लां कहियां गईयां ने। उन्हां दे परिवार वल्लों दस्सिया गया कि लाड़ी दा अमृत छकिया होया सी ते ओह दो टाइम पाठ करदी सी अते विआह दे विच शराब अते नॉन वेज बंद सी। फिर भी लड़के वालियां वल्लों विआह दे विच शराब लियांदी गई ते उधर लड़के वालियां दा परिवार लगातार दाज दी मंग कर रहा सी, जिस तों बाद इह सारी घटना वापरी। आओ तुहाडे नाल लड़की वालियां दी कॉल रिकॉर्डिंग शेयर कर दे। ਜਦੋਂ ਰਿਸ਼ਤਾ ਤੈਅ ਹੋਇਆ ਸੀ, ਮਤਲਬ ਬਹੁਤ ਵਧੀਆ ਵੇਖਾ ਵਿਖਾਈ ਹੋਈ ਸਾਰਾ ਕੁਛ ਗੁਰਦੁਆਰੇ ਚ, ਦੋਵਾਂ ਦੀ ਪਸੰਦ ਨਾਲ ਦੋਵਾਂ ਦੀ ਰਾਇ ਨਾਲ ਵਧੀਆ ਮਤਲਬ ਰਿਸ਼ਤਾ ਹੋ ਗਿਆ ਜੀ। ਉਸ ਤੋਂ ਬਾਅਦ ਜਿਹੜੇ ਵਿਚੋਲੇ ਸੀ ਉਹਨਾਂ ਦਾ ਕਹਿਣਾ ਇਹ ਸੀ ਵੀ ਇਹ ਦਾਰੂ ਮੀਟ ਸ਼ਰਾਬ ਕੁਛ ਨੀ ਖਾਂਦੇ ਪੀਂਦੇ ਵੈਸ਼ਨੂੰ ਨੇ। ਹਾਂਜੀ, ਜਦੋਂ ਰਿਸ਼ਤਾ ਤੈਅ ਹੋ ਗਿਆ ਕੁਛ ਟਾਈਮ ਨਿਕਲਿਆ ਤੇ ਇਹਨਾਂ ਦੀ ਕੋਈ ਮੰਗ ਆ ਗਈ ਕਿ ਸਾਨੂੰ ਮੋਟਰਸਾਈਕਲ ਚਾਹੀਦਾ ਤੇ ਉਸ ਤੋਂ ਬਾਅਦ ਇਹਨਾਂ ਨੇ ਕਿਹਾ ਵੀ ਅਸੀਂ ਸਾਨੂੰ ਤੁਸੀਂ 1,00,000 ਰੁਪਇਆ ਦੇ ਦਿਓ, ਅਸੀਂ ਮੋਟਰਸਾਈਕਲ ਬੋਰੀ ਲੈ ਲਾਂਗੇ ਆਪਦੇ ਪੈਸੇ ਪਾ ਕੇ ਵਿੱਚ। ਉਸ ਤੋਂ ਬਾਅਦ ਫਿਰ ਅਸੀਂ ਚਲੋ ਕਿਹਾ ਵੀ ਚਲੋ ਕੋਈ ਗੱਲ ਜੀ ਅਸੀਂ ਦੇ ਦਾਂਗੇ 1,00,000 ਰੁਪਇਆ, ਇਹ ਗੱਲ ਦਾ ਸਬੂਤ ਰਿਕਾਰਡ ਅਸੀਂ ਦਿਆਂਗੇ ਜੀ। ਫਿਰ ਅਸੀਂ ਜੀ ਇਹਨਾਂ ਨੂੰ ਮੈਂ ਖੁਦ ਆਪਣੇ ਮੂੰਹ ਇਹਨਾਂ ਨੂੰ ਨਾ ਕਰਦੀ ਸੀ ਜੀ ਵੀ ਅਸੀਂ ਇੱਕ ਰਿਸ਼ਤਾ ਨਹੀਂ ਕਰਨਾ। ਇਹ ਫਿਰ ਜੀ ਵਿੱਚ ਇਹਨਾਂ ਨੇ ਮਤਲਬ ਮਾਫੀ ਮੂਫੀ ਮੰਗ ਲਈ ਸਾਡੇ ਰਿਸ਼ਤੇਦਾਰਾਂ ਦੇ ਜਾ ਕੇ ਇਹਨਾਂ ਨੇ, ਮੈਂ ਸਾਰਿਆਂ ਨੇ ਮੁੰਡੇ ਦੀ ਮਾਂ ਨੇ ਆਪ ਬਹੁਤ ਜ਼ਿਆਦੀਆਂ ਇਹਨਾਂ ਦੀਆਂ ਰਿਕਾਰਡਿੰਗਾਂ ਮੇਰੇ ਕੋਲ ਹੈਗੀਆਂ ਸਾਰੀਆਂ ਜੀ। ਚਲੋ ਗੱਡੀ ਚ ਰੱਖੀ ਸੀ ਜਾਂ ਮੁੰਡੇ ਨੇ ਪੀਤੀ ਸੀ ਜਾਂ ਡਰਾਈਵਰ ਨੇ ਪੀਤੀ ਸੀ, ਅਸੀਂ ਸ਼ਰਤ ਰੱਖੀ ਸੀ ਵੈਸ਼ਨੂੰ ਵਿਆਹ ਹੋਏਗਾ, ਸਾਡੇ ਵੱਲੋਂ ਵੈਸ਼ਨੂੰ ਸੀ ਜੀ। ਇਹਨਾਂ ਨੇ ਮੀਟ ਸ਼ਰਾਬ ਆਪਣਾ ਇਹਨਾਂ ਨੇ ਪੈਲਸ ਚ ਚਲਾਇਆ ਸੀ ਜੀ। ਇਹਨਾਂ ਨੇ ਖੁਦ ਕਿਹਾ ਸੀ ਵੀ ਅਸੀਂ ਵੀ ਘਰ ਨੀ ਇਹ ਚੀਜ਼ ਵੜਨ ਦਿੰਦੇ, ਅਸੀਂ ਵੀ ਵੈਸ਼ਨੂੰ ਆ, ਅਸੀਂ ਵੀ ਨੀ, ਤਾਂ ਹੀ ਅਸੀਂ ਜੀ ਅੰਮ੍ਰਿਤਧਾਰੀ ਕੁੜੀ ਨੇ ਅੰਮ੍ਰਿਤ ਛਕਿਆ, ਦੋ ਟਾਈਮ ਪਾਠ ਕਰਦੀ ਤਾਂ ਹੀ ਰਿਸ਼ਤਾ ਜੋੜਿਆ ਸੀ ਜੀ। ਫਿਰ ਕੁੜੀ ਨੂੰ ਜਦੋਂ ਮੁਸ਼ਕ ਚੜੀ ਇਹਨੇ ਵਿੱਚ ਕੋਈ ਗਲਤ ਹਰਕਤ ਕੀਤੀ ਹੈ ਜੀ, ਕੁੜੀ ਨੇ ਕਹਿ ਤਾ ਵੀ ਹੁਣ ਮੈਂ ਇਹਦਾ ਹੱਥ ਨੀ ਫੜਨਾ।